ਅੱਗੇ ਵਧਦੇ ਅਗਲੀ ਖਬਰ ਦਾ ਰੋਕ ਕਰਦੇ ਆ ਜਿਵੇਂ ਅਸੀਂ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ ਚੋਣਾਂ ਨੇ ਅਗਲੇ ਸਾਲ ਅਤੇ ਹਰ ਮੁੱਦੇ ਤੇ ਸਿਆਸਤ ਹੋ ਰਹੀ ਹੈ ਅਗਲੀ ਖਬਰ ਤੇ ਵੀ ਜੋ ਜਿਸ ਦਾ ਅਸੀਂ ਰੋਕ ਕਰਨ ਜਾ ਰਹੇ ਆ ਉਸ ਮੁੱਦੇ ਤੇ ਵੀ ਸਿਆਸਤ ਹੋ ਰਹੀ ਹੈ ਤੇ ਘਿਰ ਰਹੀ ਹੈ ਇੱਥੇ ਵੀ ਆਮ ਆਦਮੀ ਪਾਰਟੀ ਜੀ ਹਾਂ ਆਮ ਆਦਮੀ ਪਾਰਟੀ ਦੇ ਯੂਥ ਮੈਨੀਫੈਸਟੋ ਦੇ ਕਵਰ ਪੇਜ 'ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਫੋਟੋ ਅਤੇ ਪਾਰਟੀ ਦੇ ਲੋਗੋ ਝਾੜੂ ਨੂੰ ਲਗਾਏ ਜਾਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਮਾਫੀ ਮੰਗ ਲਈ ਹੈ ਪਾਰਟੀ ਨੇ ਆਪਣੇ ਯੂਥ ਮੈਨੀਫੈਸਟੋ ਦੇ ਕਵਰ ਪੇਜ ਨੂੰ ਬਦਲਣ ਦੀ ਗੱਲ ਕਹੀ ਹੈ ਉੱਧਰ ਅਕਾਲੀ ਦਲ ਅਤੇ ਬੀਜੇਪੀ ਨੇ ਦੋਵਾਂ ਨੇ ਇਸ ਮਸਲੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਆਮ ਆਦਮੀ ਪਾਰਟੀ ਦੇ ਯੂਥ ਮੈਨੀਫੈਸਟੋ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਥੱਲੇ ਲੱਗੇ ਪਾਰਟੀ ਲੋਗੋ ਝਾੜੂ ਨੂੰ ਲੈ ਕੇ ਬੀਜੇਪੀ ਨੇ ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਦੇ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਅਤੇ ਇਸ ਮਾਮਲੇ ਵਿੱਚ ਮੁਆਫੀ ਮੰਗਣ ਦੀ ਮੰਗ ਕੀਤੀ ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪ ਆਗੂ ਆਸ਼ੀਸ਼ ਖੇਤਾਨ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਮੈਨੀਫੈਸਟੋ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਝੂਠ ਦੀ ਕਿਤਾਬ ਦੇ ਉੱਤੇ ਗੁਰੂ ਗ੍ਰੰਥ ਸ੍ਰੀ ਦਰਬਾਰ ਸਾਹਿਬ ਜੀ ਦਾ ਫੋਟੋ ਲਗਾਉਣੀ ਫਿਰ ਉਹ ਝਾੜੂ ਲਗਾਉਣਾ ਬਹੁਤ ਸਾਰੇ ਕਹਿਣ ਡਏ ਆ ਕਿ ਘਰਾਂ ਦੀ ਸਫਾਈ ਅਸੀਂ ਝਾੜੂ ਨਾ ਕਰਦੇ ਹਾਂ ਦਰਬਾਰ ਸਾਹਿਬ ਦੀ ਝਾੜੂ ਆ ਤਾਂ ਫਿਰ ਅਸੀਂ ਦਰਵਾਜ਼ੇ ਦੇ ਉੱਤੇ ਟੰਗ ਕੇ ਵੀ ਰੱਖਦੇ ਹਾਂ ਆਸ਼ੀਸ਼ ਖੇਤਾਨ ਜਿਹੜੀ ਉਹਨਾਂ ਨੇ ਆਪਣੇ ਝੂਠੇ ਮੈਨੀਫੈਸਟੋ ਨੂੰ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਹਦੀ ਤੁਲਨਾ ਕੀਤੀ ਹੈ ਮੈਂ ਕਹਿੰਦਾ ਕਿ ਇਹਨੂੰ ਆਹ ਬੋਲਣ ਤੋਂ ਪਹਿਲੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਕੀ ਬੋਲ ਰਿਹਾ ਆਹ ਸ਼ੋਅ ਕਰਦਾ ਕਿ ਕਿੰਨੇ ਐਂਟੀ ਸਿੱਖ ਉਹਦੇ ਵਿੱਚ ਭਰਿਆ ਪਿਆ ਉਧਰ SGPC ਵੱਲੋਂ ਵੀ ਇਸ ਮਾਮਲੇ ਵਿੱਚ ਆਪ ਨੂੰ ਮਾਫੀ ਮੰਗਣ ਦੀ ਚੇਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਮਾਮਲੇ ਨੂੰ ਵੱਧਦਾ ਵੇਖ ਆਪ ਨੇ ਇਸ ਪੂਰੇ ਮਾਮਲੇ ਤੇ ਮੁਆਫੀ ਮੰਗ ਲਈ ਪਰ ਜਲਦ ਹੀ ਯੂਥ ਮੈਨੀਫੈਸਟੋ ਦਾ ਕਵਰ ਪੇਜ ਬਦਲਣ ਦੀ ਗੱਲ ਕਹੀ ਮੇਰੀ ਮਨਸ਼ਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੋ ਵੀ ਇਹ ਕਿਸੇ ਭੂਲ ਹੋਈ ਹੈ ਉਹ ਵੀ ਤੁਰੰਤ ਜਾਣੀ ਹੈ ਮੈਂ ਇੱਕ ਵਾਰ ਸਭ ਤੋਂ ਫਿਰ ਸੇ ਤਹਿ ਦਿਲ ਸੇ ਹਾਂ ਜੋ ਮਲੇਰਕੋਟਲਾ ਦੀ ਘਟਨਾ ਨੂੰ ਲੈ ਕੇ ਪਹਿਲਾਂ ਹੀ ਆਮ ਆਦਮੀ ਪਾਰਟੀ ਘਿਰੀ ਹੋਈ ਸੀ ਤੇ ਹੁਣ ਚੋਣ ਮੈਨੀਫੈਸਟੋ ਨੂੰ ਲੈ ਕੇ ਵੀ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਇਸ ਤੇ ਮਾਫੀ ਮੰਗ ਲਈ ਹੈ ਪਰ ਅਕਾਲੀ ਦਲ ਅਤੇ ਬੀਜੇਪੀ ਦੋਵੇਂ ਆਪ ਨੂੰ ਛੱਡਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਪੰਕਜ ਕਪਾਹੀ ਦੇ ਨਾਲ ਜਗਤਾਰ ਪੁਲਰ ਜ਼ੀ ਮੀਡੀਆ ਚੰਡੀਗੜ੍ਹ ਬਿਲਕੁਲ ਧਰਮ ਦੇ ਨਾਮ ਤੇ ਸਿਆਸਤ ਜਾਰੀ ਹੈ ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਯੂਥ ਮੈਨੀਫੈਸਟੋ ਜਾਰੀ ਕੀਤਾ ਸੀ ਅਰਵਿੰਦ ਕੇਜਰੀਵਾਲ ਬਕਾਇਦਾ ਅੰਮ੍ਰਿਤਸਰ ਪਹੁੰਚੇ ਸਨ ਇਸ ਯੂਥ ਮੈਨੀਫੈਸਟੋ ਨੂੰ ਜਾਰੀ ਕਰਨ ਦੇ ਲਈ ਪਰ ਇਹ ਯੂਥ ਮੈਨੀਫੈਸਟੋ ਵੀ ਸਵਾਲਾਂ ਦੇ ਵਿੱਚ ਘਿਰ ਗਿਆ ਵਿਵਾਦਾਂ ਵਿੱਚ ਘਿਰ ਗਿਆ ਹਾਲਾਂਕਿ ਹੁਣ ਆਮ ਆਦਮੀ ਪਾਰਟੀ ਨੇ ਮਾਫੀ ਜ਼ਰੂਰ ਮੰਗ ਲਈ ਹੁਣ ਵੇਖਣਾ ਹੋਵੇਗਾ ਇਹ ਵਿਵਾਦ ਸ਼ਾਂਤ ਹੁੰਦਾ ਹੈ ਜਾਂ ਨਹੀਂ ਵਿਰੋਧੀਆਂ ਦੇ ਜੋ ਨਿਸ਼ਾਨੇ ਨੇ ਉਹ ਪਰ ਵਿਵਾਦ ਦਾ ਇੱਕ ਵਾਰ ਮੁੱਦਾ ਮਿਲ ਜਾਣਾ ਤਾਂ ਉਹ ਸ਼ਾਂਤ ਜਿਹੜਾ ਨਹੀਂ ਹੁੰਦਾ ਦੂਸਰੇ ਵਿਰੋਧੀ ਉਸ ਨੂੰ ਸ਼ਾਂਤ ਕਰ ਜਿਹੜਾ ਹੋਣ ਦੇਣਾ ਚਾਹੁੰਦੇ ਨੇ